ਇੱਥੇ ਹਰ ਸਮੇਂ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਤੇ ਸ਼ਰਧਾਲੂ ਮੱਥਾ ਟੇਕਣ ਆਉਂਦੇ ਹਨ। ਇਹ ਉਹ ਖੂਹ ਹੈ ਜਿੱਥੋਂ ਪਾਣੀ ਭਰਨ ਆਈਆਂ ਔਰਤਾਂ ਦੇ ਘੜੇ ਬਾਲ ਚੋਜੀ ਪਾਤਸ਼ਾਹ ਗੁਲੇਲਾ ਮਾਰ ਕੇ ਪਾਣੀ ਦਿੰਦੇ ਸਨ। ਇਹ ਸ਼੍ਰੀ ਅਨੰਦਪੁਰ ਸਾਹਿਬ ਹੈ ਜਿੱਥੇ ਵਿਸਾਖੀ ਦੇ ਸ਼ੁਭ ਦਿਨ ਦਸ਼ਮੇਸ਼ ਪਿਤਾ ਨੇ ਪੰਜ ਪਿਆਰੇ ਸਾਜੇ, ਅੰਮ੍ਰਿਤ ਛਕਾਇਆ ਤੇ ਆਪ ਛਕਿਆ ਤੇ ਕੌਮ ਨੂੰ ਖਾਸ ਖਾਲਸਾ ਰੂਪ ਦੇ ਕੇ ਸ਼ੇਰ ਬਣਾਇਆ। ਗੁਰੂ ਸਾਹਿਬ ਦੇ ਪਾਵਨ ਸ਼ਸਤਰ ਇੱਥੇ ਹੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹਨ। ਇਹ ਹੈ ਉਹ ਇਤਿਹਾਸਿਕ ਖੰਡਾ ਜਿਸ ਨਾਲ ਗੁਰੂ ਜੀ ਨੇ ਅੰਮ੍ਰਿਤ ਤਿਆਰ ਕੀਤਾ ਤੇ ਦੂਸਰਾ ਸ਼ਸਤਰ ਕਟਾਰ ਹੈ ਜਿਸ ਨੂੰ ਗੁਰੂ ਜੀ ਕਮਰ ਕਸੇ ਰੱਖਦੇ ਸਨ। ਇਹ ਹੈ ਪਾਵਨ ਸ਼ਸਤਰ ਬਰਛਾ ਜਿਸ ਨਾਲ ਭਾਈ ਬਚਿੱਤਰ ਸਿੰਘ ਨੇ ਮਸਤ ਹਾਥੀ ਦਾ ਸਿਰ ਪਾੜਿਆ ਤੇ ਦੂਸਰਾ ਸ਼ਸਤਰ ਹੈ ਕਰਤਾ ਬਰਛਾ ਜਿਸ ਨਾਲ ਜੰਗ ਦੀਆਂ ਅਨੇਕ ਘਟਨਾਵਾਂ ਸੰਬੰਧਿਤ ਹਨ। ਤੇ ਇਸ ਬੰਦੂਕ ਨਾਲ ਗੁਰੂ ਸਾਹਿਬ ਨੇ ਭਾਈ ਡੱਲੇ ਦੀ ਸਿੱਖੀ ਪਰਖੀ ਸੀ ਤੇ ਇਹ ਉਹ ਇਸਲਾਮੀ ਸ਼ਸਤਰ ਹੈ ਜੋ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਭੇਟਾ ਕੀਤਾ ਸੀ। ਇਹ ਪਾਵਨ ਸ਼ਸਤਰ ਸ਼ਮਸ਼ੀਰ ਤੇਗ ਤੇ ਇਹ ਦੂਸਰਾ ਹੈ ਦਾਏ ਆਹਨੀ। ਇਹ ਗੁਰੂ ਸਾਹਿਬ ਦੀ ਟਾਲ ਹੈ ਤੇ ਇਹ ਹੈ ਸੁਨਹਿਰੀ ਚੱਕਰ ਜਿਸ ਨੂੰ ਕਲਗੀਆਂ ਵਾਲੇ ਦਸਤਾਰ ਵਿੱਚ ਸਜਾ ਕੇ ਰੱਖਦੇ ਸਨ। ਇਸ ਉੱਪਰ ਜਪਜੀ ਸਾਹਿਬ ਦੀਆਂ 22 ਪੌੜੀਆਂ ਅੰਕਿਤ ਹਨ। ਇਹ ਪਾਵਨ ਸ਼ਸਤਰ ਵੱਡਾ ਬਰਛਾ ਹੈ ਤੇ ਦੂਸਰਾ ਛੋਟਾ ਬਰਛਾ ਹੈ। ਇਸ ਤਰ੍ਹਾਂ ਕੁੱਲ 12 ਪਾਵਨ ਸ਼ਸਤਰ ਇਸ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹਨ। ਗੁਰੂ ਸਾਹਿਬ ਦੇ ਪਾਵਨ ਸ਼ਸਤਰ ਜੋ ਸਨ 1966 ਵਿੱਚ ਇੰਗਲੈਂਡ ਤੋਂ ਭਾਰਤ ਵਾਪਸ ਲਿਆਂਦੇ ਗਏ, ਜਿਨ੍ਹਾਂ ਦਾ ਦੇਸ਼ ਭਰ ਵਿੱਚ ਸ਼ਾਹੀ ਤੇ ਲੋਕ ਪੱਧਰ ਤੇ ਨਿੱਘਾ ਸਵਾਗਤ ਕੀਤਾ ਗਿਆ, ਅੱਜ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਹਨਾਂ ਪਾਵਨ ਸ਼ਸਤਰਾਂ ਦਾ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਇਹ ਆਨੰਦਗੜ੍ਹ ਦਾ ਕਿਲ੍ਹਾ ਹੈ ਜਿਸ ਵਿੱਚੋਂ ਗੁਰੂ ਸਾਹਿਬ ਵਰਿਆਂ ਬੱਧੀ ਵੈਰੀਆਂ ਦੇ ਦੰਦ ਖੱਟੇ ਕਰਦੇ ਰਹੇ। ਕਿਲ੍ਹੇ ਅੰਦਰ ਇਹ ਬੌਲੀ ਸਾਹਿਬ ਹੈ ਜਿੱਥੋਂ ਕਿਲ੍ਹੇ ਨੂੰ ਘੇਰਾ ਪੈਣ ਤੇ ਪਾਣੀ ਲਿਆ ਜਾਂਦਾ ਸੀ। ਇਸ ਬੌਲੀ ਸਾਹਿਬ ਦੇ ਦਰਸ਼ਨਾਂ ਲਈ ਅੱਜ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਪੁੱਜਦੀਆਂ ਹਨ। ਪੰਜ ਪਿਆਰਾਂ ਦੇ ਹੁਕਮ ਅਤੇ ਔਰੰਗਜ਼ੇਬ ਦੀਆਂ ਕਸਮਾਂ ਤੇ ਗੁਰੂ ਸਾਹਿਬ ਨੇ ਆਨੰਦਗੜ੍ਹ ਦਾ ਕਿਲ੍ਹਾ ਛੱਡਿਆ, ਸਰਸਾ ਨਦੀ ਪਾਰ ਕੀਤੀ, ਪਰ ਵਿਸ਼ਵਾਸਘਾਤੀ ਵੈਰੀ ਨੇ ਹਮਲਾ ਕਰ ਦਿੱਤਾ। ਇਸ ਜਗ੍ਹਾ ਪਰਿਵਾਰ ਵਿਛੜ ਗਿਆ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਧੋਖੇ ਨਾਲ ਗੰਗੂ ਪੰਡਤ ਸਰਹਿੰਦ ਲੈ ਗਿਆ। ਚਮਕੌਰ ਦੀ ਗੜੀ ਚੋਂ ਗੁਰੂ ਸਾਹਿਬ ਨੇ ਵੈਰੀ ਦਾ ਮੁਕਾਬਲਾ ਕੀਤਾ। ਦੋਵੇਂ ਵੱਡੇ ਸਾਹਿਬਜ਼ਾਦੇ ਇਸ ਜੰਗੇ ਮੈਦਾਨ ਵਿੱਚ ਸ਼ਹੀਦ ਹੋ ਗਏ। ਗੁਰੂ ਸਾਹਿਬ ਨੰਗੇ ਪੈਰੀ ਮਾਛੀਵਾੜੇ ਦੇ ਜੰਗਲ ਵਿੱਚ ਪੁੱਜੇ। ਇਸ ਜਗ੍ਹਾ ਹੀ ਮਹਾਨ ਸ਼ਬਦ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਦੀ ਰਚਨਾ ਹੋਈ। ਇੱਥੋਂ ਗੁਰੂ ਸਾਹਿਬ ਉੱਚ ਦਾ ਪੀਰ ਬਣ ਆਲਮਗੀਰ ਪਹੁੰਚੇ, ਜਿੱਥੇ ਸ਼ਰਧਾਲੂ ਸਿੰਘ ਭਾਈ ਨਗਾਈਆ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਂਟ ਕੀਤਾ। ਗੁਰੂ ਸਾਹਿਬ ਨੇ ਤੀਰ ਮਾਰ ਕੇ ਬੰਜਰ ਧਰਤੀ ਵਿੱਚੋਂ ਪਾਣੀ ਕੱਢਿਆ ਤੇ ਦੁਖਿਆਰੀ ਮਾਈ ਦਾ ਕੋੜ ਦੂਰ ਕੀਤਾ ਤੇ ਬਚਨ ਕੀਤਾ ਕਿ ਜੋ ਇਸ ਜਗ੍ਹਾ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸਦਾ ਸਰੀਰਕ ਰੋਗ ਦੂਰ ਹੋਵੇਗਾ। ਗੁਰੂ ਸਾਹਿਬ ਨੂੰ ਰਾਏਕੋਟ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਖਬਰ ਮਿਲੀ। ਸਰਹਿੰਦ ਦੇ ਮਕਾਰ ਤੇ ਜ਼ਾਲਮ ਸੂਬੇ ਨੇ ਮਾਸੂਮ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਵਿੱਚ ਚਿਣਾਇਆ। ਦੀਵਾਰਾਂ ਗਿਰ ਗਈਆਂ ਤਾਂ ਕਿਰਪਾਨ ਨਾਲ ਸ਼ਹੀਦ ਕੀਤਾ ਗਿਆ। ਅਜਿਹੇ ਜ਼ੁਲਮ ਦੀ ਦੁਨੀਆਂ ਦੇ ਇਤਿਹਾਸ ਵਿੱਚੋਂ ਮਿਸਾਲ ਨਹੀਂ ਮਿਲਦੀ। ਮੋਹਰਾਂ ਧਰਤੀ ਤੇ ਵਿਛਾ ਕੇ ਟੋਡਰਮੱਲ ਜੀ ਨੇ ਇਹ ਧਰਤੀ ਖਰੀਦੀ ਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ, ਜਿੱਥੇ ਅੱਜ ਇਹ ਗੁਰਦੁਆਰਾ ਜੋਤੀ ਸਰੂਪ ਸਾਹਿਬ ਕਾਇਮ ਹੈ। ਇਹ ਗੁਰਦੁਆਰਾ ਸਾਹਿਬ ਦੀਨਾ ਕਾਂਗੜ ਹੈ
ਜਿੱਥੋਂ ਗੁਰੂ ਸਾਹਿਬ ਨੇ ਜ਼ਫਰਨਾਮਾ ਲਿਖ ਕੇ ਔਰੰਗਜ਼ੇਬ ਨੂੰ ਭੇਜਿਆ, ਜਿਸ ਨੂੰ ਪੜ੍ਹ ਕੇ ਔਰੰਗਜ਼ੇਬ ਨੂੰ ਆਪਣੀਆਂ ਕਾਲੀਆਂ ਕਰਤੂਤਾਂ ਦਾ ਅਹਿਸਾਸ ਹੋਇਆ ਤੇ ਉਹ ਖੁਦ ਆਪਣੀ ਨਜ਼ਰ ਵਿੱਚੋਂ ਗਿਰ ਗਿਆ ਤੇ ਇਸੇ ਸਦਮੇ ਤਹਿਤ ਉਸਦੀ ਮੌਤ ਹੋ ਗਈ। ਕਲੀਆਂ ਵਾਲੇ ਪਾਤਸ਼ਾਹ ਬਰਾੜਾਂ ਦੀ ਧਰਤੀ ਵਿੱਚ ਪਹੁੰਚ ਕੇ ਸ਼ਾਹੀ ਫੌਜ ਉਹਨਾਂ ਦਾ ਪਿੱਛਾ ਕਰ ਰਹੀ ਸੀ। ਖਦਰਾਨੇ ਦੀ ਆਗ, ਜਿਸ ਨੂੰ ਅੱਜ ਮੁਕਤਸਰ ਸਾਹਿਬ ਕਿਹਾ ਜਾਂਦਾ ਹੈ, ਤੇ ਭਾਰੀ ਯੁੱਧ ਹੋਇਆ। ਬੇਦਾਵਾ ਦੇ ਗਏ 40 ਸਿੰਘ ਵੀ ਇੱਥੇ ਆ ਕੇ ਸ਼ਹੀਦ ਹੋਏ। ਸਵਾਦ ਛੱਡ ਦੇ ਮਹਾਂ ਸਿੰਘ ਨੂੰ ਗੁਰੂ ਸਾਹਿਬ ਨੇ ਗੱਲ ਆਇਆ ਤੇ ਬੇਦਾਵਾ ਪਾੜਿਆ। ਗੁਰੂ ਸਾਹਿਬ ਆਪਣੇ ਸ਼ਰਧਾਲੂ ਸਿੰਘ ਭਾਈ ਡੱਲੇ ਦੀ ਧਰਤੀ ਤਲਵੰਡੀ ਸਾਬੋ ਪੁੱਜੇ, ਕਮਰ ਕਸਾ ਖੋਲਿਆ, ਦਮ ਲਿਆ। ਇੱਥੇ ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ। ਇਸ ਬਾਣੀ ਵਿੱਚ ਕਲਮਾ ਪ੍ਰਵਾਹ ਕੀਤੀਆਂ ਤੇ ਬਚਨ ਕੀਤਾ ਕਿ ਇੱਥੇ ਮੋਟੀ ਬੁੱਧੀ ਵਾਲੇ ਵੀ ਵਿਦਿਆ ਹਾਸਲ ਕਰਿਆ ਕਰਨਗੇ। ਬਾਜਾਂ ਵਾਲੇ ਦੇ ਹੱਥ ਤੇ ਬਾਜ ਬੈਠਾ, ਲੋਕ ਵੇਖ ਤਰਲੋਕੀ ਤੇ ਲੰਘਦੇ ਨੇ। ਇਹ ਸ਼ੀਸ਼ਾ ਗੁਰੂ ਸਾਹਿਬ ਨੂੰ ਕਿਸੇ ਸ਼ਰਧਾਲੂ ਨੇ ਦਸਤਾਰ ਦੇ ਪੇਚ ਸਿੱਧੇ ਕਰਨ ਲਈ ਪੇਂਟ ਕੀਤਾ, ਪਰ ਗੁਰੂ ਸਾਹਿਬ ਨੇ ਬਚਨ ਕੀਤਾ ਕਿ ਇਹ ਤਾਂ ਵਿੰਗੇ ਨੂੰ ਸਿੱਧੇ ਕਰੇਗਾ। ਜੋ ਵਿਅਕਤੀ ਸ਼ਰਧਾ ਨਾਲ ਸੱਤ ਦਿਨ ਇਹ ਸ਼ੀਸ਼ਾ ਤੱਕਦਾ ਹੈ, ਉਸਦਾ ਵਿੰਗਾ ਮੂੰਹ ਸਿੱਧਾ ਹੋ ਜਾਂਦਾ ਹੈ। ਫਿਰ ਗੁਰੂ ਸਾਹਿਬ ਦੱਖਣ ਵਿੱਚ ਪੁੱਜ ਗਏ, ਇੱਥੇ ਸ਼ਿਕਾਰ ਕਰਕੇ ਮੂਲੇ ਖੱਤਰੀ ਦੀ ਮੁਕਤੀ ਕੀਤੀ, ਜਿੱਥੇ ਅੱਜ ਸਿਦਕੀ ਸਿੰਘਾਂ ਤੇ ਸ਼ਰਧਾਲੂ ਸੰਗਤਾਂ ਨੇ ਸੰਗੇ ਮਰਮਰ ਦਾ ਗੁਰਦੁਆਰਾ ਤੇ ਸਰੋਵਰ ਬਣਾਇਆ ਹੈ। ਇਹ ਹੈ ਗੁਰਦੁਆਰਾ ਸਾਹਿਬ ਹੀਰਾ ਘਾਟ। ਤੇ ਇਹ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਹੈ। ਤੇ ਇਹ ਗੁਰਦੁਆਰਾ ਸਾਹਿਬ ਨਗੀਨਾ ਘਾਟ ਹੈ। ਤੇ ਇਸ ਜਗ੍ਹਾ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ। ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਨੰਦੇੜ ਪੰਜਾਬ ਦਾ ਹੀ ਹਿੱਸਾ ਜਾਪਦਾ ਹੈ। ਹਰ ਸਾਲ ਸ਼ਰਧਾਲੂ ਬੱਸਾਂ, ਟਰੱਕਾਂ, ਕਾਰਾਂ ਤੇ ਗੱਡੀਆਂ ਰਾਹੀਂ ਹੁੰਮ ਹਮਾ ਕੇ ਪੁੱਜਦੇ ਹਨ। ਉਹ ਟੁੱਟ ਲੰਗਰ ਵਰਤਦਾ ਹੈ। ਜਿਤਨੀ ਸੰਗਤ ਅੰਦਰ ਲੰਗਰ ਛਕ ਰਹੀ ਹੈ, ਉਤਨੀ ਹੀ ਬਾਹਰ ਬੇਸਬਰੀ ਨਾਲ ਉਡੀਕ ਰਹੀ ਹੈ। ਦੇਗ ਤੇਗ ਫਤਿਹ, ਅਟੁੱਟ ਲੰਗਰ ਸਿੱਖ ਧਰਮ ਦਾ ਖਾਸ ਚਿੰਨ੍ਹ ਹੈ। ਦੁਨੀਆ ਦੇ ਇਤਿਹਾਸ ਚੋਂ ਅਜਿਹੀ ਮਿਸਾਲ ਨਹੀਂ ਮਿਲ ਸਕਦੀ। ਹਰ ਸਾਲ ਦੁਸਹਿਰੇ ਦੇ ਸ਼ੁਭ ਅਵਸਰ ਤੇ ਪੰਜਾਬ ਅਤੇ ਦੇਸ਼ ਦੇ ਕੋਨੇ ਕੋਨੇ ਚੋਂ ਸ਼ਰਧਾਲੂ ਕਲਮੀਧਰ ਪਾਤਸ਼ਾਹ ਦੇ ਇਸ ਪਵਿੱਤਰ ਤੇ ਮਹਾਨ ਸਥਾਨ ਦੇ ਦਰਸ਼ਨਾਂ ਲਈ ਪੁੱਜਦੇ ਹਨ। ਇਸ ਵਾਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਅਣਗਿਣਤ ਰਜੇਵਿਆਂ ਦੇ ਬਾਵਜੂਦ ਦੁਸਹਿਰੇ ਦੇ ਸ਼ੁਭ ਦਿਨ ਹਜ਼ੂਰ ਦੇ ਹਜ਼ੂਰ ਸਾਹਿਬ ਮਿੱਤਰ ਪਿਆਰੇ ਦੇ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਪੁੱਜ ਕੇ ਸੰਗਤਾਂ ਨੂੰ ਪਾਤਸ਼ਾਹ ਦੇ ਜੀਵਨ ਆਦਰਸ਼ਾਂ ਨੂੰ ਚੇਤੇ ਰੱਖਣ ਅਤੇ ਉਹਨਾਂ ਤੋਂ ਪ੍ਰੇਰਨਾ ਲੈਣ ਦੀ ਹਦਾਇਤ ਕਰਕੇ ਗਏ। ਪੰਜਾਬ ਵਿੱਚ ਇਹ ਮਸ਼ਹੂਰ ਹੈ ਕਿ ਜੋ ਕੋਈ ਵੀ ਸੱਚੇ ਦਿਲੋਂ ਸ਼ਰਧਾ ਤੇ ਨਿਸ਼ਚੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਧਾਮਾਂ ਦੀ ਪੈਦਲ ਯਾਤਰਾ ਕਰੇਗਾ, ਉਹ ਮਨ ਦੀਆਂ ਮੁਰਾਦਾਂ ਪਾਏਗਾ। ਸਾਡੀ ਇਹ ਕਹਾਣੀ ਇਸ ਨਿਸ਼ਚੇ ਦੀ ਪੁਸ਼ਟੀ ਕਰਦੀ ਹੈ। ਭਾਵੇਂ ਕਿਧਰੇ ਵੀ ਘੁੰਮ ਲਈਏ ਓ, ਭਾਵੇਂ ਕਿਧਰੇ ਵੀ ਘੁੰਮ ਲਈਏ ਓ, ਜਿੱਥੇ ਗੁਜ਼ਰਿਆ ਬਚਪਨ ਉਹ ਨਾਰਾਹਾਂ ਨੂੰ ਚੁੰਮ ਲਈਏ ਓ, ਜਿੱਥੇ ਗੁਜ਼ਰਿਆ ਬਚਪਨ।
ਮਿਲ ਜੁਲ ਕੇ ਅਸੀਂ ਰਹਿਣਾ ਓ, ਮਿਲ ਜੁਲ ਕੇ ਅਸੀਂ ਰਹਿਣਾ ਓ, ਸ਼ਹਿਰਾਂ ਦੀ ਵੀ ਰੀਸ ਕੋਈ ਨਾ, ਪਰ ਪਿੰਡਾਂ ਦਾ ਕੀ ਕਹਿਣਾ ਓ, ਸ਼ਹਿਰਾਂ ਦੀ ਵੀ ਰੀਸ ਕੋਈ ਨਾ। ਭਾਵੇਂ ਜਿੰਦ ਜਾਨ ਖੁਸ ਜਾਵੇ ਹਾਂ, ਭਾਵੇਂ ਜਿੰਦ ਜਾਨ ਖੁਸ ਜਾਵੇ ਓ, ਰੁੱਸੇ ਨਾ ਗੋਬਿੰਦ ਮੇਰਾ, ਭਾਵੇਂ ਦੁਨੀਆ ਇਹ ਰੁੱਸ ਜਾਵੇ ਓ, ਰੁੱਸੇ ਨਾ ਗੋਬਿੰਦ ਮੇਰਾ। ਬਾਬਾ ਜੀ ਆ ਗਿਆ ਬੱਚਾ, ਸ਼ਾਬਾਸ਼, ਪੜ੍ਹਾਈ ਖਤਮ ਹੋ ਗਈ? ਹਾਂ ਬਾਬਾ ਜੀ, ਤੁਹਾਡੀ ਮਿਹਰ ਹੋ ਗਈ। ਨਹੀਂ ਪੁੱਤਰ, ਮਿਹਰ ਅਕਾਲ ਪੁਰਖ ਦੀ, ਉਸਨੇ ਤੇਰੀ ਮਿਹਨਤ ਨੂੰ ਫਲ ਲਾਇਆ। ਪਰ ਬਾਬਾ ਜੀ, ਪ੍ਰੇਰਨਾ ਤਾਂ ਤੁਸਾਂ ਦਿੱਤੀ, ਮਾਇਆ ਤਾਂ ਤੁਸਾਂ ਖਰਚ ਕੀਤੀ। ਕਰੇ ਕਰਾਵੇ ਆਪੇ ਆਪ, ਮਾਨਸ ਕੇ ਕੁਛ ਨਹੀਂ ਹਾਲ। ਭਲਿਆ, ਮੈਂ ਤੇ ਉਸਦਾ ਤੁੱਛ ਜਿਹਾ ਸੇਵਕ ਹਾਂ। ਮਾਇਆ ਮੇਰੇ ਕਲਗੀਧਰ ਪਾਤਸ਼ਾਹ ਦਾ ਦਿੱਤਾ ਪਦਾਰਥ ਹੈ। ਅੱਛਾ ਬੱਚਾ, ਅੱਗੇ ਕੀ ਕਰਨ ਦਾ ਵਿਚਾਰ ਹੈ? ਖੇਤੀਬਾੜੀ ਬਾਬਾ ਜੀ। ਸ਼ਾਬਾਸ਼ ਪੁੱਤਰ, ਉੱਤਮ ਖੇਤੀ, ਮੱਧਮ ਵਪਾਰ, ਨਖਿਦ ਚਾਕਰੀ, ਭੀਖ ਦੁਆ। ਪੁੱਤਰ, ਗੁਰੂ ਸਾਹਿਬ ਨੇ ਕਿਹਾ, ਕਾਲ ਖਾਲੇ ਕਿਛ ਹੱਥੋਂ ਦੇ, ਨਾਨਕ ਰਾਹ ਪਛਾਤੇ ਸੇ। ਬਾਬਾ ਜੀ, ਮੈਂ ਤਾਂ ਕਹਾਂਗਾ, ਕਿਸਾਨ ਦੇ ਪੁੱਤਰ ਨੂੰ ਕਦੇ ਨੌਕਰੀ ਨਹੀਂ ਕਰਨੀ ਚਾਹੀਦੀ। ਨਾਲੇ ਫਿਰ ਮੇਰੀ ਖੇਤੀਬਾੜੀ ਦੀ ਉੱਚ ਵਿੱਦਿਆ ਦਾ ਲਾਭ ਤਦ ਹੀ ਹੈ ਜੇਕਰ ਮੈਂ ਖੇਤੀਬਾੜੀ ਕਰਾਂ। ਸ਼ਾਬਾਸ਼ ਸ਼ਾਬਾਸ਼, ਚਿੱਟੇ ਬਾਜਾ ਵਾਲੇ ਦਾ ਹੱਥ ਹਮੇਸ਼ਾ ਤੇਰੇ ਤੇ ਰਹੇਗਾ। ਪਰ ਪੁੱਤਰ, ਮੇਰੀ ਇੱਕ ਗੱਲ ਯਾਦ ਰੱਖੀ, ਸੱਚਾਈ ਦਾ ਲੜ ਕਦੇ ਨਾ ਛੱਡੀ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਾਣ। ਅੱਛਾ ਬਾਬਾ ਜੀ, ਹੁਣ ਮੈਂ ਘਰ ਚੱਲਦਾ। ਜਿੰਦਾ ਰਹੋ ਪੁੱਤਰ। ਪਰ ਖੇਤੀ ਕਰਨਾ ਤੇ ਬੜਾ ਕਠਿਨ ਕੰਮ ਹੈ। ਕਠਿਨ ਕੰਮ ਵੀ ਤਾਂ ਆਖਰ ਬੰਦੇ ਹੀ ਕਰਦੇ ਨੇ ਬਾਪੂ ਜੀ। ਪਰ ਜਦ ਨੌਕਰੀ ਨਹੀਂ ਸੀ ਕਰਨੀ ਤੇ ਇੰਨਾ ਪੜ੍ਹਨ ਦੀ ਕੀ ਲੋੜ ਸੀ? ਹੈ, ਇੰਨਾ ਪੜ੍ਹ ਲੈ ਕੇ ਤਾਂ ਨੌਕਰੀ ਨਹੀਂ ਕਰਨੀ ਚਾਹੀਦੀ ਮਾਂ ਜੀ। ਬਿਲਕੁਲ ਠੀਕ, ਵੀਰ ਜੀ ਅੱਜ ਤੋਂ ਘਰ ਹੀ ਰਹਿਣਗੇ। ਚੁੱਪ ਰਹਿਣੀ, ਰੋਟੀਆਂ ਕਿਹੜੀ ਮਾਂ ਖਵਾਏਗੀ? ਮਾਂ ਨਹੀਂ, ਭੈਣ ਖਵਾਏਗੀ। ਜ਼ਮੀਨ ਕੀ ਟੱਗਿਆਂ ਨਾਲ ਵਾਹੇਗਾ? ਜ਼ਮੀਨ ਟੱਗਿਆਂ ਨਾਲ ਨਹੀਂ, ਟਰੈਕਟਰ ਨਾਲ ਵਾਹੀ ਜਾਏਗੀ। ਤੇ ਉਸ ਟਰੈਕਟਰ ਲਈ ਪੈਸੇ? ਪੈਸੇ ਕੋਆਪਰੇਟਿਵ ਬੈਂਕ ਤੋਂ ਲਾਂਗੇ। ਹੈ ਤਾਂ ਕੀ ਕਰਜ਼ਾ ਲਏਗਾ? ਚੰਗੇ ਕੰਮ ਕਰ ਲਈ ਕਰਜ਼ਾ ਲੈਣਾ ਕੋਈ ਬੁਰੀ ਗੱਲ ਨਹੀਂ। ਗੁਣਵੰਤ ਠੀਕ ਕਹਿੰਦੀ ਹੈ, ਸਾਡੀ ਧਰਤੀ ਬੰਜਰ ਨਹੀਂ ਰਹਿਣੀ ਚਾਹੀਦੀ ਬਾਪੂ ਜੀ।
ਹੈ ਪਸ਼ੂਆਂ ਨੂੰ ਮਿੱਟੀ ਚ ਘੁਲਦੇ ਰਹਿੰਦੇ ਹੋ। ਮੇਰੀ ਮੱਤ ਨੂੰ ਪੱਲੇ ਬੰਨੋ, ਕੰਮ ਘੱਟ ਕਰੋ, ਪੈਸੇ ਜ਼ਿਆਦਾ ਮਰੋ ਤੇ ਜੱਟ ਪੂਛ ਤੇ ਖੜਾਓ। ਸਮਝ ਗਿਆ ਨਾ ਤੁਸੀਂ? ਓ ਜਿੱਦਾਂ ਮੈਂ ਤੂੰ ਆਇਆ ਬੈਠਾ ਤੈਨੂੰ ਕਿੰਨੇ ਵਾਰੀ ਸਮਝਾਇਆ ਸਾਡੇ ਖੇਚ ਨਾ ਆਇਆ ਕਰ ਦੱਸੋ। ਪੱਲੀ ਨਹੀਂ ਕੀਤੀ। ਚਲੋ ਵੀ ਆਪਣਾ ਕੰਮ ਕਰੋ ਤੁਸੀਂ, ਆ ਕੇ ਵੇਲੀਆਂ ਗੱਲਾਂ ਮਾਰਨ ਬੈਠ ਜਾਂਦੇ ਲੈਂਡਰ ਨਾਲ। ਬੇਜੀ ਸਤਿ ਸ੍ਰੀ ਅਕਾਲ। ਬੇਬੇ ਤਾਂ ਤੁਹਾਨੂੰ ਸੁਬਾਹ ਦੀ ਉਡੀਕ ਰਹੇ ਨੇ, ਜਾਓ ਮਿਲ ਲਓ। ਕਾਕਾ ਜੀ ਤੁਹਾਡੇ ਪਾਸ ਨਵੀਂ ਕਣਕ ਦਾ ਬੀਜ ਹੋਊਗਾ? ਹਾਂ ਬਾਪੂ ਜੀ ਹੈ, ਤੁਹਾਨੂੰ ਚਾਹੀਦਾ? ਆਹੋ ਚਲੋ ਮੈਂ ਦਿੰਦਾ। ਚਲੋ ਚਲੋ, ਤੁਹਾਡੀ ਫਸਲ ਤਾਂ ਐਤਕੀ ਬੜੀ ਵਧੀਆ ਹੋਈ ਹੈ। ਇਸ ਸਾਲ ਬਾਰਿਸ਼ ਘੱਟ ਹੋਈ ਹੈ ਤੇ ਪਾਣੀ ਵੀ ਘੱਟ ਆਇਆ, ਜਿਸ ਕਰਕੇ ਫਸਲ ਦਾ ਕਾਫੀ ਨੁਕਸਾਨ ਹੋਇਆ। ਬਿਮਾਰੀ ਕਾਫੀ ਹੈ, ਪਰ ਸਰਕਾਰ ਨੇ ਬੜੇ ਮੌਕੇ ਸਿਰ ਹੈਲੀਕਾਪਟਰ ਭੇਜ ਦਿੱਤਾ ਸਪਰੇ ਵਾਸਤੇ। ਅੱਛਾ ਬਈ, ਇਹ ਤੁਸੀਂ ਆ ਖੇਤ ਦੇ ਵਿੱਚੋਂ ਘਾਹ ਸਾਫ਼ ਕਰਨਾ ਤੇ ਅਸੀਂ ਜ਼ਰਾ ਪਤਾ ਕਰਦੇ ਹਾਂ ਹੈਲੀਕਾਪਟਰ ਸ਼ਾਇਦ ਕੱਲ੍ਹ ਨੂੰ ਆਪਣੀ ਸਪਰੇ ਹੋਵੇ। ਆਪ ਤਾਰ ਸਿੰਘ ਚੱਲੀਏ ਬਈ, ਇਹ ਸ਼ਾਮ ਤੱਕ ਕੰਮ ਖਤਮ ਹੋ ਜਾਣਾ ਚਾਹੀਦਾ। ਸਾਡੇ ਖੇਤਾਂ ਚ ਰੱਬ ਵਸਦਾ ਓ, ਸਾਡੇ ਖੇਤਾਂ ਚ ਰੱਬ ਵਸਦਾ ਓ, ਕਿਸੇ ਕੋਲੋਂ ਪੁੱਛੀਏ ਕਿਉਂ, ਸਾਡਾ ਆਪਣਾ ਹੀ ਦਿਲ ਦੱਸਦਾ ਓ, ਕਿਸੇ ਕੋਲੋਂ ਪੁੱਛੀਏ ਕਿਉਂ।